ਦਸਵੀਂ ਫੇਲ ਬਣਿਆ ਚੰਡੀਗੜ੍ਹ ਦਾ ਸਭ ਤੋਂ ਵੱਡਾ ਠੱਗ। ਸਰਕਾਰੀ ਵੈਬਸਾਈਟ ਬਣਾ ਲੋਕਾਂ ਤੋਂ ਠੱਗੇ ਲੱਖਾਂ ਰੁਪਏ। ਪੈਨਸ਼ਨ ਲਗਵਾਉਣ ਦਾ ਦਿੰਦਾ ਸੀ ਝਾਸਾ। 70 ਫੋਨਾਂ ਸਮੇਤ ਫੜਿਆ ਗਿਆ ਦਸਵੀਂ ਫੇਲ ਠੱਗ। ਤਸਵੀਰਾਂ 'ਚ ਦੇਖ ਰਹੇ ਇਹ ਤਿੰਨ ਮੁਲਜ਼ਮ, ਇਹ ਤਿੰਨੋਂ ਆਪਸ ਦੇ ਵਿੱਚ ਦੋਸਤ ਨੇ। ਇਹਨਾਂ ਨੇ ਇੱਕ ਪਲਾਨ ਬਣਾਇਆ ਸਰਕਾਰੀ ਵੈਬਸਾਈਟ ਬਣਾ ਕੇ ਲੋਕਾਂ ਨੂੰ ਠੱਗਣ ਦਾ। ਇਹਨਾਂ ਦੇ ਵਿੱਚੋਂ ਇੱਕ ਸ਼ਖਸ ਦਸਵੀਂ ਫੇਲ ਹੈ, ਇੱਕ ਹੋਟਲ ਮੈਨੇਜਮੈਂਟ ਕੀਤੀ ਹੋਈ ਹੈ ਅਤੇ ਤੀਸਰਾ ਬੀਕੌਮ ਦਾ ਟੌਪਰ ਹੈ। ਤਿੰਨਾਂ ਦੋਸਤਾਂ ਨੇ ਮਿਲ ਕੇ ਪਲਾਨ ਬਣਾਇਆ ਅਤੇ ਇੱਕ ਸਰਕਾਰੀ ਵੈਬਸਾਈਟ ਤਿਆਰ ਕੀਤੀ ਜਿਸ ਦਾ ਨਾਮ grameen.org ਅਤੇ panchayat.org। ਇਹਨਾਂ ਵੈਬਸਾਈਟਾਂ 'ਤੇ ਇਹ ਲੋਕਾਂ ਦੇ ਕੋਲ ਫੋਰਮ ਭਰਨ ਦੇ ਪੈਸੇ ਲੈਂਦੇ ਸੀ। ਇਸੇ ਤਰੀਕੇ ਦੇ ਨਾਲ ਇਹਨਾਂ ਨੇ ਪੈਨਸ਼ਨ ਦਾ ਝਾਸਾ ਦੇ ਕੇ ਲੋਕਾਂ ਤੋਂ ਹੁਣ ਤੱਕ ਲੱਖਾਂ ਰੁਪਏ ਠੱਗ ਲਏ ਨੇ। ਚੰਡੀਗੜ੍ਹ ਪੁਲਿਸ ਦੀ ਸਾਈਬਰ ਪੁਲਿਸ ਸਟੇਸ਼ਨ ਨੇ ਠੱਗੀ ਮਾਮਲੇ ਦੇ ਵਿੱਚ ਤਿੰਨ ਲੋਕਾਂ ਨੂੰ ਕਾਬੂ ਕੀਤਾ। ਦਿੱਲੀ ਤੋਂ ਇੱਕ ਫੇਕ ਕਾਲ ਸੈਂਟਰ ਚਲਾ ਰਹੇ ਸੀਗੇ ਅਸ਼ੋਕ ਕੁਮਾਰ ਉਫ ਗੌਰਵ, ਉਮੇਸ਼ ਅਤੇ ਸੁਸ਼ਾਂਤ ਗੁਪਤਾ। ਇਹ ਤਿੰਨਾਂ ਨੂੰ ਕਾਬੂ ਕੀਤਾ। ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਕਾਫੀ ਦਿਨਾਂ ਤੋਂ ਇਹਨਾਂ ਦਾ ਨੈਕਸਸ ਚੱਲ ਰਿਹਾ ਸੀਗਾ। ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਨੂੰ ਜਦ ਇਹਦੀ ਜਾਣਕਾਰੀ ਮਿਲੀ ਤਾਂ ਤਦ ਇਨਵੈਸਟੀਗੇਸ਼ਨ ਕੀਤੀ ਗਈ ਤਾਂ ਬਹੁਤ ਸਾਰੀ ਚੀਜ਼ਾਂ ਨਿਕਲ ਕਰ ਸਾਹਮਣੇ ਆਈ ਕਿ ਕਿਸ ਤਰ੍ਹਾਂ ਇਹ ਜਿਹੜੀ ਸਰਕਾਰੀ ਵੈਬਸਾਈਟਸ ਹੁੰਦੀ ਹੈ ਗ੍ਰਾਮ ਸਭਾ .org, ਰਾਸ਼ਟਰੀ ਗ੍ਰਾਮ ਪੰਚਾਇਤ .org, ਜਿੱਦਾਂ ਸਰਕਾਰੀ ਟਾਈਪ ਜਿਹੜੀ ਵੈਬਸਾਈਟਸ ਹੁੰਦੀ ਹੈ ਲੋਕਾਂ ਦੀ ਸੁਵਿਧਾਵਾਂ ਵਾਸਤੇ, ਉਸ ਤਰ੍ਹਾਂ ਦੀ ਸੇਮ ਟੂ ਸੇਮ ਇਹਨਾਂ ਨੇ ਵੈਬਸਾਈਟਸ ਤਿਆਰ ਕੀਤੀ ਹੋਈ ਸੀ ਜਿਹਦੇ ਵਿੱਚ ਲੋਕਾਂ ਨੂੰ ਕਈ ਸੁਵਿਧਾਵਾਂ ਦੇਣ ਦੀ ਗੱਲ ਕੀਤੀ ਜਾਂਦੀ ਸੀ, ਬੈਨੀਫਿਟ ਦੇਣ ਦੀ ਗੱਲ ਕੀਤੀ ਜਾਂਦੀ ਸੀ ਔਰ ਉਹਨਾਂ ਤੋਂ ਪੈਸੇ ਲਿੱਤੇ ਜਾਂਦੇ ਸੀ ਕਿਸੇ ਤੋਂ 5,000, 10,000। ਔਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਈਏ ਕਾਫੀ ਦਿਨਾਂ ਤਾਂ ਇਹ ਲਗਾਤਾਰ ਚੱਲ ਰਿਹਾ ਸੀਗਾ ਔਰ ਕਰੋੜਾਂ ਦੀ ਠੱਗੀ ਦੀ ਗੱਲ ਸਾਹਮਣੇ ਆ ਰਹੀ ਜਿਸ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਇਹਦੇ ਵਿੱਚ ਸੁਸ਼ਾਂਤ ਗੁਪਤਾ ਦੱਸਿਆ ਜਾ ਰਿਹਾ, ਡਿਪਲੋਮਾ ਹੋਟਲ ਮੈਨੇਜਮੈਂਟ ਕੀਤਾ ਹੋਇਆ। ਅਸ਼ੋਕ ਕੁਮਾਰ ਦੀ ਗੱਲ ਕਰ ਲਈਏ, ਉਹਨੇ ਬੀਕੌਮ ਕੀਤੀ ਹੋਈ ਹੈ। ਉਮੇਸ਼ ਜਿਹੜਾ ਹੈ ਉਹ ਸਿਮ ਜਿਹੜਾ ਹੈਗਾ ਉਹ ਦਿੰਦਾ ਸੀਗਾ, ਦਸਵੀਂ ਫੇਲ ਹੈ। ਬੜੇ ਸ਼ਾਤਿਰ ਤਰੀਕੇ ਦੇ ਨਾਲ ਕਾਲ ਸੈਂਟਰ ਖੋਲਿਆ ਹੋਇਆ ਸੀਗਾ ਔਰ ਉਸ ਤੋਂ ਬਾਅਦ ਇਹ ਲਗਾਤਾਰ ਲੋਕਾਂ ਨੂੰ ਕਾਲ ਕਰਦੇ ਸੀਗੇ। ਕਾਲ ਸੈਂਟਰ ਦੇ ਵਿੱਚ ਇਹਨਾਂ ਨੇ ਕੁੜੀਆਂ ਵੀ ਰੱਖੀ ਹੋਈ ਸੀ ਜੋ ਕਿ ਕਾਲ ਕਰਦੇ ਸੀ ਲੋਕਾਂ ਨੂੰ, ਜਿਹੜਾ ਸਰਕਾਰੀ ਵੈਬਸਾਈਟ ਦੀ ਬੈਨੀਫਿਟਸ ਦੀ ਗੱਲ ਕੀਤੀ ਜਾਂਦੀ ਸੀ, ਲੋਕਾਂ ਨਾਲ ਠੱਗੀ ਕੀਤੀ ਜਾਂਦੀ ਸੀ। ਹਾਲਾਂਕਿ ਪੁਲਿਸ ਨੇ ਇੱਕ ਗੱਲ ਹੋਰ, ਜਦ ਪੁਲਿਸ ਨੇ ਇਨਫੋਰਮੇਸ਼ਨ ਪੁਲਿਸ ਨੂੰ ਮਿਲਦੀ ਹੈ ਤਾਂ ਇਹਦੇ ਵਿੱਚ ਇੱਕ ਗੱਲ ਆਉਂਦੀ ਹੈ ਕਿ ਸੈਕਟਰ 11 ਦਾ ਇੱਕ ਜਿਹੜਾ ਹੈਗਾ ਸਰਕਾਰੀ ਦਫ਼ਤਰ ਦਾ ਨਾਂ ਇਹਦੇ ਵਿੱਚ ਦਿੱਤਾ ਗਿਆ ਸੀਗਾ ਜੋ ਕਿ ਟੋਟਲੀ ਫੇਕ ਸੀਗਾ। ਜਦ ਪੁਲਿਸ ਨੇ ਇਹਦੇ ਵਿੱਚ ਇਨਵੈਸਟੀਗੇਸ਼ਨ ਕੀਤੀ, ਵੈਰੀਫਾਈ ਕੀਤਾ ਤਾਂ ਉਹ ਟੋਟਲੀ ਫੇਕ ਦਿੱਤਾ। ਉਸ ਤੋਂ ਬਾਅਦ ਦਿੱਲੀ ਤੋਂ ਇਹਨਾਂ ਨੂੰ ਕਾਬੂ ਕੀਤਾ ਗਿਆ। ਹੁਣ ਇਨਵੈਸਟੀਗੇਸ਼ਨ 'ਚ ਕਈ ਖੁਲਾਸੇ ਹੋ ਰਹੇ ਨੇ ਕਿ ਕਿਸ ਤਰ੍ਹਾਂ ਇਹ ਠੱਗੀ ਕਰਦੇ ਸੀਗੇ, ਕਿੰਨੇ ਲੋਕਾਂ ਨਾਲ ਇਹਨਾਂ ਨੇ ਠੱਗੀ ਕੀਤੀ, ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ। ਕਈ ਚੀਜ਼ਾਂ ਦੇ ਵਿੱਚ ਇਹਦੇ ਜਿਹੜਾ ਹੈਗਾ ਖੁਲਾਸਾ ਹੋ ਰਿਹਾ ਕਿ ਕਿੰਨੇ ਦਿਨਾਂ ਤੋਂ ਚੰਡੀਗੜ੍ਹ ਦੇ ਨਾਲ ਨਾਲ ਕਈ ਸਟੇਟਸ ਦੇ ਲੋਕਾਂ ਨਾਲ ਠੱਗੀ ਕਰ ਰਹੇ ਸੀਗੇ, ਜਿਹੜੇ ਫੇਕ ਵੈਬਸਾਈਟ ਬਣਾ ਕੇ ਇਹ ਸਾਰਾ ਕੰਮ ਚੱਲ ਰਿਹਾ ਸੀਗਾ। ਚੰਡੀਗੜ੍ਹ ਤੋਂ ਕੈਮਰਾਮੈਨ ਸੁਖਜਿੰਦਰ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।